ਸੰਤਕੀ ਸੰਗਤ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਗੌਰਵ ਗ੍ਰਹਿ ਸ਼ੇਰਪੁਰ ਵੱਲੋਂ ਪਿਆਰ ਭਰੀ ਨਮਸਕਾਰ। ਆਓ ਆ ਤੁਹਾਨੂੰ ਦਰਸ਼ਨ ਕਰਵਾਉਣੇ ਆ ਬਹੁਤ ਹੀ ਪਵਿੱਤਰ ਅਸਥਾਨ ਸ਼੍ਰੀ ਦੁਧੇਸ਼ਵਰ ਮਹਾਂਦੇਵ ਸ਼ਿਵ ਧਾਮ ਟਿੱਲਾ ਨਮੋੜ ਜ਼ਿਲ੍ਹਾ ਸੰਗਰੂਰ, ਜਿੱਥੇ ਸ਼੍ਰੀ ਮਾਨ ਬ੍ਰਹਮਲੀਨ ਸਵਾਮੀ ਬਸੰਤਗਰ ਮਹਾਰਾਜ ਜੀ ਦੁੱਧਾਧਾਰੀ ਜੀ ਦੀ 9ਵੀਂ ਸਲਾਨਾ ਬਰਸੀ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ। ਅਸਥਾਨ ਦੇ ਮੁੱਖ ਸੰਚਾਲਕ ਸ਼੍ਰੀ ਮਹੰਤ ਸਵਾਮੀ ਬਾਮਗਰ ਜੀ ਮਹਾਰਾਜ ਅਤੇ ਸਮੂਹ ਗੁਰੂ ਭਾਈ ਸਾਹਿਬਾਨ, ਸੇਵਕ ਜਨ, ਸੇਵਕ ਮੰਡਲੀਆਂ ਅਤੇ ਨਗਰ ਨਿਵਾਸੀ ਇਲਾਕੇ ਦੀਆਂ ਸੰਗਤਾਂ, ਦੇਸ਼ ਵਿਦੇਸ਼ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਸਮਾਗਮਾਂ ਮੌਕੇ ਵੱਡੀ ਗਿਣਤੀ ਵਿੱਚ ਸੰਤ ਮਹਾਂਪੁਰਸ਼ ਅਤੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅਤੇ ਅਸਥਾਨ 'ਤੇ ਨਤਮਸਤਕ ਹੋ ਕੇ ਆਪਣਾ ਜੀਵਨ ਸਫਲਾ ਕੀਤਾ। ਸਮਾਗਮਾਂ ਮੌਕੇ ਜਿੱਥੇ ਵਾਤਾਵਰਨ ਦੀ ਸ਼ੁੱਧਤਾ ਲਈ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਵਿਸ਼ਾਲ ਹਵਨ ਜੱਗ ਹੋਇਆ, ਜਿਸ ਵਿੱਚ ਸਾਰਿਆਂ ਨੇ ਪੂਰਨਹੁਤੀਆਂ ਪਾ ਕੇ ਆਪਣਾ ਜੀਵਨ ਸਫਲਾ ਕੀਤਾ। ਉੱਥੇ ਆਰੰਭ ਕੀਤੇ ਸ਼੍ਰੀ ਸ਼ਿਵ ਮਹਾਪੁਰਾਣ ਪਾਠਾਂ ਦੇ ਭੋਗ ਪਾਏ ਗਏ। ਆਚਾਰੀਆ ਸ਼੍ਰੀ ਮਨੋਜ ਸ਼ਾਸਤਰੀ ਸਮਾਣੇ ਵਾਲਿਆਂ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਨਾਭਾ ਪਟਿਆਲਾ ਫਤਿਹਗੜ੍ਹ ਸਾਹਿਬ ਮੰਡਲ ਦੀ ਅਧਿਅਕਸ਼ਤਾ ਵਿੱਚ ਰੱਖੇ ਗਏ ਇਹਨਾਂ ਸਮਾਗਮਾਂ ਮੌਕੇ ਸ਼੍ਰੀ ਮਹੰਤ ਚੰਦਗਿਰ ਜੀ ਬੇਨੜਾ, ਮਹੰਤ ਸਰੂਪਾਨੰਦ ਜੀ ਗੁਜਰਾਤ, ਮਹਾਮੁੰਡੇਸ਼ਵਰ ਡਾਕਟਰ ਸਵਾਮੀ ਚੰਦਰਮੁਨੀ ਜੀ ਸ਼ੇਰੋਂ, ਮਹੰਤ ਜਗਦੀਸ਼ ਗਿਰ ਜੀ ਛਾਹੜ, ਮਹੰਤ ਮੱਖਣਮੁਨੀ ਜੀ ਡੇਰਾ ਕਰੀਪੁਰ ਡੁੰਮ, ਮਹੰਤ ਓਮਗਿਰੀ ਜੀ ਕੁਲਬੁਰਸ਼ਾਂ, ਮਹੰਤ ਭਾਣਗਿਰ ਜੀ ਲੇਹਰ, ਮਹੰਤ ਅੰਮ੍ਰਿਤਬਾਣ ਜੀ ਛਾਜਲੀ, ਮਹੰਤ ਗੋਪਾਲਗਿਰ ਜੀ ਕਲਸੀਆਂ, ਮਹੰਤ ਨਰਾਇਣ ਮੁਨੀ ਜੀ ਕਲਵਾਣੂ, ਸਵਾਮੀ ਰਵੀਗਿਰ ਜੀ ਖੇੜੀ, ਮਹੰਤ ਰਾਮਪੁਰੀ ਜੀ ਸਹੋਲੀ, ਮਹੰਤ ਰਾਮਦਾਸ ਜੀ ਚੱਠਾ, ਮਹੰਤ ਬਲਵਿੰਦਰਗਿਰ ਜੀ ਚੌਂਦਾ, ਸਵਾਮੀ ਰਾਮਗਿਰ ਜੀ ਹਸਨਪੁਰ, ਮਹੰਤ ਜਸਵਿੰਦਰਗਿਰ ਜੀ ਧਮੋਟ, ਮਹੰਤ ਮੋਹਣੀਗਿਰ ਜੀ ਬੰਗਾ, ਮਹੰਤ ਭੰਡਾਰਗਿਰ ਜੀ ਲੇਹਲ, ਮਹੰਤ ਥਾਣਾਪਤੀ ਮਨੋਜਗਿਰ ਜੀ ਨਵਾਂਗਾਓਂ, ਮਹੰਤ ਬੂਟੀਦਾਸ ਜੀ ਭੂਦਣ, ਪੰਡਿਤ ਨਿਗਮ ਭਾਸਕਰ ਸ਼ਾਸਤਰੀ ਜੀ ਸਨਾਮ, ਸਵਾਮੀ ਸ਼ਾਮ ਸੁੰਦਰ ਜੀ ਨਮੋਲ, ਮਹੰਤ ਕ੍ਰਿਸ਼ਨਮੁਨੀ ਜੀ ਭੀਖੀ, ਮਹੰਤ ਮਨੋਹਰਦਾਸ ਜੀ ਰਾਜਗੜ੍ਹ, ਮਹੰਤ ਲਾਲਦਾਸ ਜੀ ਲੇਹਲਕਲਾਂ, ਮਹੰਤ ਦਰਸ਼ਨਮੁਨੀ ਜੀ ਨਮੋਲ, ਮਹੰਤ ਗੁਰਦਰਸ਼ਨਦਾਸ ਜੀ ਖੀਵਾ, ਮਹੰਤ ਰੁੜਕੀਦਾਸ ਜੀ ਬੀਰਕਲਾਂ, ਮਹੰਤ ਰਾਮਦਾਸ ਜੀ ਠੁੱਲੀਵਾਲ ਸਮੇਤ ਅਨੇਕਾਂ ਮਹਾਂਪੁਰਸ਼ ਅਤੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਲਗਵਾਈ। ਕਰਤਾ ਕਰੇ ਨਾ ਕਰ ਸਕੇ ਗੁਰੂ ਕੀਏ ਸਭ ਹੋਏ, ਸਾਤ ਦੀਨ ਨੌਖੰਡ ਮੇ ਗੁਰੂ ਸੇ ਬੜਾ ਨ ਕੋਈ, ਸਾਰੇ ਤੀਰਥ ਧਾਮ ਆਪਕੇ ਚਰਨੋਂ ਮੇ
ਹੇ ਗੁਰੂਦੇਵ ਪ੍ਰਣਾਮ ਆਪਕੇ ਚਰਨੋਂ ਮੇ ਵਿਧਾਤਾ ਹੈ ਦੁਖੀਆ ਮਨ ਕੋ।
तो महाराज जी का शॉर्ट में संक्षिप्त में जो उनका जो जीवन है और उनका जो उपदेश है, अपन उनके अंदर जो त्याग वैराग्य है, उनके अंदर जो ज्ञान का जो भंडार है, वो उनका जो आध्यात्मिक जो पथ है, उस पथ पर अपने को चलना, जीवन में उतारना, ये उनकी पुण्यतिथि की श्रद्धांजलि मानी जाती है। ऐसे भंडारा और आयोजन तो होते ही रहते हैं। मेन तो उनका जो मार्ग है, एक परमहंस दयानंद जी महाराज जी भी कहते हैं कि उनका जन तो वही है जो उनके मार्ग पर चले, तो उनके मार्ग पर चलना, उनके उपदेशों को ग्रहण करना, ये महत्व का है। और ऐसे ही जो सभी महापुरुष, सभी संत महात्मा के सभी के अंदर वही परमात्मा तत्व का प्रकाश हो रहा है, अपन नाम रूप को नहीं पकड़ना है कि भाई महाराज जी एक व्यक्ति या एक व्यक्ति विशेष है, ऐसा नहीं है। वो तो सच्चिदानंद महासागर में जो अनंत तरंग है, राम कृष्ण आदि सच्चिदानंद महासागर के तरंग है। जिन महापुरुषों के पुण्यतिथि के सुअवसर पर आप और हम यहाँ पर सभी एकत्रित हुए हैं, वे बड़े ही तपस्वी दूधाधारी जी महाराज श्री वसंतगिरी जी महाराज श्री ब्रह्मलीन, उन दिव्य महापुरुष को हृदय से प्रणाम करते हुए, सत्यम सत्सु सदा धर्मा, सत्यम धर्म सनातना, सत्यमेव नमस्येता, सत्यम हि परमागति, सत्यम धर्मस्तपो योगा, सत्यम ब्रह्म सनातनम, सत्यम यज्ञः परप्रोक्ता, सर्वं सत्ये प्रतिष्ठितम्। सज्जनों, ये संपूर्ण जो चराचर आपको और हमें दृष्टिगोचर हो रहा है, दिखाई दे रहा है, ये संपूर्ण सत्य के ऊपर प्रतिष्ठित है। सत्य ही सनातन ब्रह्म है, सत्य ही परमात्मा है। आपका हमारा शरीर, ये पृथ्वी, जल, वायु, अग्नि, जो कुछ भी आप पंच महाभूत, ये सभी किसके ऊपर प्रतिष्ठित है? सत्य के ऊपर प्रतिष्ठित है। वो सत्य है परमात्मा, शिव स्वरूप, सत्यम शिवम सुंदरम। अगर साक्षात शंकर जी के दर्शन करने हों तो कहीं जाने की जरूरत नहीं, आप शिव धाम पे आओ, विराजमान 13वें ज्योतिर्लिंग के रूप में दुधेश्वर महादेव जी के बिल्कुल सामने बैठ के कभी ध्यान से एकाग्र मन होकर देखना, तो गुरु पिता स्वामी दुधाचार्य जी आपजी को प्रत्यक्ष रूप में
उसमें दर्शन देंगे, क्योंकि उनकी आदेश उपदेश संदेश आदेश हुकम नु कहने हैं। उनका आदेश है मनना ना मनना ये साड़ी मर्जी है, उनका आदेश उनका उपदेश उनका संदेश कि मैं कहीं नहीं जाऊंगा, मैं यहीं रहूंगा। यही महाराज जी कि जब अंतिम उनके प्रत्यक्ष रूप के दर्शन थे, उस समय महाराज जी ने इस सेवक को जिसको उन्होंने आचार्य के सेवा दी थी, उस सेवक को एक दृष्टांत भी दिया था महाराज जी ने। आशीर्वाद देते समय महाराज जी ने अपने आप को शंकर जी के स्वरूप में छिपा लिया, लेकिन हम अल्पज्ञ थोड़ी बुद्धि वाले इस बात को नहीं जान सके। आज महाराज जी के उस संदेश को उस आदेश को उस उपदेश को आज सबको इस बात को याद रखना चाहिए, महाराज जी सत्य हैं सत्य हैं सत्य हैं। कहते हैं कि गौधूलि की बेला के समय भगवान शंकर हमारे इस मृत्यु लोक का चक्कर लगाते हैं। जब गायों का घर आने का समय होता है उस समय मृत्यु लोक का चक्कर लगाते हैं। अब आपको पता है भगवान शंकर के साथी कौन हैं? चंड मुंड भूत प्रेत बेताल आदि आदि हम जैसे बहुत हैं। अब देखिएगा उस काल में अगर आप और हम अपने घर में अपने पिंड में अपने अंतर में उस परम पिता परमात्मा का चिंतन अगर कर रहे होंगे तो भगवान शंकर कहते हैं बेटा आप बाहर रुक जाओ, मेरा घर आ गया, मैं जरा मिल के आ जाऊं। और अगर जो चीज़ नहीं करनी चाहिए उस काल में वो कर रहे होंगे, अभक्ष का भक्षण अपान का पेय अगर ये हम कर रहे होंगे तो कहते हैं जाओ बच्चों तुम्हारे मतलब का घर आ गया, जाके आनंद ले लो। तो अब आप और हम पर निर्भर करता है हम अपने घर में किसको आमंत्रण दे रहे हैं। अच्छाई को आमंत्रण दे रहे हैं तो भगवत भक्ति के द्वार पर चलने का उपक्रम करें, और अगर वो भूत प्रेत बेतालों को आप आमंत्रण देना चाहते हैं तो अभक्ष का भक्षण अपेय का पान करें। यही आज इस मंच से मैं आपको कह पाऊंगा। नावा पटियाला फतेहगढ़ साहिब मंडल की अध्यक्षता में यह कार्यक्रम चल रहा है, और इस कार्यक्रम के मुख्य कर्ता धर्ता वर्तमान महंत श्री महंत बामगिर जी महाराज की देखरेख में यह जो कार्य चल रहा है, और जो मुझसे पूर्व महात्माओं ने मंच से शुभ संदेश संतवाणी प्रवचन आदि जो आपको दिए महाराज श्री के बारे में और स्थान के बारे में बहुत कुछ बताया है, मैं बस यही प्रार्थना करता हूँ कि हम लोग जितने भी भक्त
मंडल और भी अन्य जितने आए हैं संतों के दरबार में, तो यहाँ दरबार में दूधाधारी जी महाराज जो ये वृक्ष लगा के गए, जो हम लोग प्रतिवर्ष देख रहे हैं, हर वर्ष नई नई शाखाएं निकल रही हैं, नया नया निर्माण हो रहा है। वर्तमान में जो स्थानदारी महंत हैं बहुत अच्छी प्रकार से व्यवस्थाएं चला रहे हैं, संचालित कर रहे हैं, उनको हमारी तरफ से बहुत बहुत धन्यवाद और श्रीमानंद स्वामी बामगर जी महाराज तथा समूह सेवादार भक्तजन सज्जनों, आपने दास तो पहला बहुत ही ज्ञान की चर्चा महापुरुषों के मुखारविंद तो श्रवण करी। ऐ लगता है जिमें कल की गल है, ऐ लगता है जिमें कल की गल है, पर आप महापुरशां दे स्वामी जी दी नौवीं बरसी मना रहे हैं। ओ सीन, ओ दृश्य जो फूल चट्टी दे विच सी, ओ अज भी याद आता है, ओ दृश्य अज भी याद आता है, ओ रूम, ओ कुटिया जिस कुटिया दे विच स्वामी जी अपना पंच भौतिक शरीर त्याग के गए, ਉਹ ਕੁਟੀਆ ਅੱਜ ਵੀ ਯਾਦ ਆਉਂਦੀ ਹੈ। ਭਾਵੇਂ ਕਹਿਣ ਨੂੰ ਅਸੀਂ ਕਹਿ ਦਈਏ ਕਿ ਮਹਾਂਪੁਰਸ਼ਾਂ ਦੀ ਨੌਵੀਂ ਬਰਸੀ ਹੈ, ਮਹਾਂਪੁਰਸ਼ ਕਿਤੇ ਜਾਂਦੇ ਨਹੀਂ ਸੱਜਣੋ, ਆਤਮਾ ਰੂਪ ਦੇ ਵਿੱਚ ਸਭ ਦੇ ਅੰਦਰ ਬਿਰਾਜਮਾਨ ਹੈ। ਮਹਾਂਪੁਰਸ਼ ਕਹਿੰਦੇ ਹੈ ਕਿ ਸੰਤਾਂ ਦੇ ਬਾਰੇ ਕੀ ਚਰਚਾ ਕਰਨੀ ਹੈ, ਦੁੱਖ ਉਸ ਸੱਜਣ ਦਾ, ਉਸ ਨਿਕੰਮੇ ਬੰਦੇ ਦਾ ਮਨਾਓ ਜੋ ਆਪਣਾ ਹਾਟੋ ਹਾਟ ਵਿਕਾਏ। ਮਹਾਂਪੁਰਸ਼ਾਂ ਦਾ ਜੀਵਨ ਸਾਡੇ ਵਾਸਤੇ ਇੱਕ ਰਸਤਾ ਸੀ, ਜਿਵੇਂ ਗੀਤਾ ਜੀ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਕਹਿੰਦੇ ਹੈ ਕਿ ਜਿੱਧਰੋਂ ਮਹਾਂਪੁਰਸ਼ ਚਲੇ ਜਾਂਦੇ ਹੈ ਉੱਧਰ ਰਸਤਾ ਬਣ ਜਾਂਦਾ ਹੈ ਔਰ ਆਉਣ ਵਾਲੇ ਵਿਅਕਤੀ ਉਸ ਰਸਤੇ 'ਤੇ ਚੱਲਣ ਲੱਗ ਜਾਂਦੇ ਹੈ। ਮਹਾਂਪੁਰਸ਼ਾਂ ਦਾ ਇੱਕ ਅਲੱਗ ਰਸਤਾ ਹੁੰਦਾ ਹੈ, ਜਿਸ ਰਸਤੇ 'ਤੇ ਚਲੇ ਜਾਂਦੇ ਹੈ ਸਾਰੇ ਸੇਵਕ ਭਗਤ ਜਨ ਉਸ ਰਸਤੇ 'ਤੇ ਚੱਲਣ ਲੱਗ ਜਾਂਦੇ ਹੈ। ਸਵਾਮੀ ਜੀ ਨੇ ਰਸਤਾ ਬਣਾਇਆ, ਦੇਖੋ ਇੱਥੇ ਐਡਾ ਵੱਡਾ ਜੰਗਲ ਦੇ ਵਿੱਚ ਮੰਗਲ, ਕਦੇ ਕਿਸੇ ਨੇ ਸੋਚਿਆ ਨਹੀਂ ਹੋਊਗਾ, ਮਨ ਦੇ ਵਿੱਚ ਕੋਈ ਸੰਕਲਪ ਨਹੀਂ ਹੋਣਾ, ਕੋਈ ਵਿਚਾਰ ਨਹੀਂ ਆਇਆ ਹੋਣਾ ਵੀ ਇੱਥੇ ਐਡਾ ਵੱਡਾ ਧਾਮ ਬਣ ਜਾਊਗਾ। ਦਾਸ ਨੂੰ ਕਈ ਵਾਰ ਇੱਥੇ ਆਉਣ ਦਾ ਮੌਕਾ ਮਿਲਿਆ, ਜਦੋਂ ਇੱਥੇ ਲਾਈਟ ਨਹੀਂ ਸੀ, ਪਾਣੀ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਸੀ, ਉਸ ਸਮੇਂ ਸਵਾਮੀ ਜੀ ਆਪਣੇ ਭਗਵਾਨ ਸ਼ਿਵ ਸਰੂਪ ਦੇ ਵਿੱਚ ਮਗਨ ਰਹਿੰਦੇ, ਕਿਸੇ ਹਰੇਕ ਦੇ ਬਸ ਦੀ ਗੱਲ ਨਹੀਂ ਸੀ। ਭਾਲੇ ਨਾਥ ਮਹਾ ਸ਼ਿਵ ਹਰਿ ਕਾ ਕੇ ਹਾਰ।
ਦੱਤਾਤਰੇ ਭਗਵਾਨ ਕੀ ਜੈ। ਸਵਾਮੀ ਜੀ ਮਹਾਰਾਜ ਕੀ ਜੈ। ਤੇਰਵੇਂ ਜੋਤਿਰਲਿੰਗ ਮਹਾਰਾਜ ਕੀ ਜੈ। ਅੱਜ ਸ਼ਿਵ ਧਾਮ ਨਮੋਲ ਟਿੱਲਾ ਵਿਖੇ ਸ੍ਰੀ ਮਾਨਕ ਸੁੱਟ ਸਵਾਮੀ ਪੂਜੇ ਗੁਰਦੇਵ ਤੁੱਲੇ ਮਹਾਰਾਜ ਸਵਾਮੀ ਦੁੱਧਾਧਾਰੀ ਜੀ ਮਹਾਰਾਜਿਆਂ ਦੀ ਨੌਵੀਂ ਵਰਸੀ ਮਨਾਈ ਗਈ। ਸ੍ਰੀ ਮਾਨਕ ਸੁੱਟ ਸਵਾਮੀ ਬਾਵਗਿਰ ਜੀ ਦੀ ਅਧਿਕਸ਼ਤਾ ਦੇ ਵਿੱਚ ਇਸ ਸਥਾਨ ਦੇ ਮੁੱਖ ਸੇਵਾਦਾਰ ਸਵਾਮੀ ਬਾਵਗਿਰ ਜੀ ਹਨ। ਉਹਨਾਂ ਦੀ ਦੇਖ ਰੇਖ ਦੇ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਨਮੋਲ, ਉੱਬਾਵਾਲ, ਕਿਲਾ, ਸੁਨਾਮ ਸਾਰੇ ਇਲਾਕੇ ਦੀ ਸੰਗਤ ਨੇ ਆ ਕੇ
ਸਵਾਮੀ ਜੀਆਂ ਦਾ ਆਸ਼ੀਰਵਾਦ ਪ੍ਰਾਪਤ ਕਰਿਆ ਔਰ ਉਹਨਾਂ ਦੇ ਗੁਣਗਾਣ ਗਾਏ। ਅੱਜ ਇੱਥੇ ਦੂਰ ਦੂਰ ਤੋਂ ਮਹਾਂਪੁਰਸ਼ ਆਏ ਜਿਨ੍ਹਾਂ ਦਾ ਆਸ਼ੀਰਵਾਦ ਸਾਰੀ ਸੰਗਤ ਨੂੰ ਮਿਲਿਆ ਔਰ ਮਹਾਂਪੁਰਸ਼ਾਂ ਨੇ ਆਪਣੇ ਸ਼ੁਭ ਬਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਭਗਵਾਨ ਕਿਰਪਾ ਕਰਨ ਦੱਤਾਤਰੇ ਮਹਾਰਾਜ ਇਸ ਤਰ੍ਹਾਂ ਸਾਰੀ ਸੰਗਤ 'ਤੇ ਆਪਣੀ ਮਿਹਰ ਬਣਾਈ ਰੱਖਣ। ਅਸੀਂ ਦੁਆਰਾ ਫਿਰ ਸਾਰੀ ਸੰਗਤ ਦਾ ਔਰ ਮਹਾਂਪੁਰਸ਼ਾਂ ਦਾ ਸਵਾਮੀ ਵਾਂਗਰ ਜੀ ਮਹਾਰਾਜ ਵੱਲੋਂ ਧੰਨਵਾਦ ਕਰਦੇ ਹਾਂ। ਭਗਵਾਨ ਦੱਤਾਤਰੇ ਮਹਾਰਾਜ ਸਭ 'ਤੇ ਕਿਰਪਾ ਕਰਨ। ਬੋਲ ਸਾਚੇ ਦਰਬਾਰ ਕੀ ਜੈ। ਓਮ ਨਮੋ ਨਾਰਾਇਣਾਇ, ਓਮ ਨਮੋ ਨਾਰਾਇਣਾਇ, ਸਵਾਮੀ ਜੀ ਮਹਾਰਾਜ ਕੀ ਜੈ। ਬੀਬੀ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤਾ ਗਿਆ ਭੰਡਾਰਾ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਆਏ ਮਹਾਂਪੁਰਸ਼ਾਂ ਦੀ ਸਵਾਮੀ ਬਾਮਗਿਰ ਜੀ, ਸਵਾਮੀ ਜਗਦੀਸ਼ ਗਿਰ ਜੀ ਛਾਹੜ ਅਤੇ ਮਹਾਮੁੰਡੇਸ਼ਵਰ ਡਾਕਟਰ ਸਵਾਮੀ ਚੰਦਰਮੁਨੀ ਜੀ ਸ਼ੇਰੋਂ ਵੱਲੋਂ ਪੰਗਤ ਪੂਜਾ ਵੀ ਕੀਤੀ ਗਈ ਅਤੇ ਆਏ ਮਹਾਂਪੁਰਸ਼ਾਂ ਦਾ ਅਤੇ ਸੰਗਤਾਂ ਦਾ ਅਤੇ ਸੇਵਾਦਾਰਾਂ ਦਾ ਸਵਾਮੀ ਬਾਮਗਿਰ ਜੀ ਵੱਲੋਂ ਧੰਨਵਾਦ ਵੀ ਕੀਤਾ ਗਿਆ। ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆਪਣੀ ਸ਼ਰਧਾ ਦਾ ਆਪ ਸਬੂਤ ਦੇ ਰਿਹਾ ਸੀ। ਸ਼੍ਰੀ ਦੁਧੇਸ਼ਵਰ ਮਹਾਂਦੇਵ ਸ਼ਿਵ ਧਾਮ ਟਿੱਲਾ ਨਮੋਲ ਜ਼ਿਲ੍ਹਾ ਸੰਗਰੂਰ ਤੋਂ ਗੌਰਵਗੜ ਸ਼ੇਰਪੁਰ ਦੀ ਇੱਕ ਖਾਸ ਰਿਪੋਰਟ। ਗੁਰੂ ਗੋਬਿੰਦ, ਗੁਰੂ ਮੇਰਾ ਪਾਰ ਬ੍ਰਹਮ, ਗੁਰੂ ਭਗਵੰਤ ਗੁਰੂ ਗੋਬਿੰਦ, ਗੁਰੂ ਮੇਰਾ ਪਾਰ ਬ੍ਰਹਮ, ਗੁਰੂ ਭਗਵੰਤ ਅਲਖ ਅਧੇਉ, ਗੁਰੂ ਮੇਰਾ ਦੇਉ, ਅਲਖ ਅਧੇਉ, ਸਰਬ ਪੂਜਾ ਚਰਨ ਗੁਰੂ ਸੇਉ, ਸਰਬ ਪੂਜਾ ਚਰਨ ਗੁਰੂ ਸੇਉ। ਦਰਸ਼ਨ ਦੇਖ ਦੇਖ ਜੀਵਾਂ, ਦੇਖ ਦੇਖ ਜੀਵਾਂ, ਗੁਰੂ ਕੇ ਚਰਣਨ
ਤੋਏ ਤੋਏ ਪੀਵਾਂ, ਗੁਰ ਬਿਨ ਅਵਰ ਨਹੀਂ ਮੈਂ ਥਾਉਂ, ਗੁਰ ਬਿਨ ਅਵਰ ਨਹੀਂ ਮੈਂ ਥਾਉਂ, ਅਨਦਿਨ ਜਪਉਂ ਗੁਰ ਗੁਰ ਨਾਹੂੰ, ਅਨਦਿਨ ਜਪਉਂ ਗੁਰ ਗੁਰ ਨਾਹੂੰ,
छिटकार गुरु सेवा जम दे छुटकार सकल निस्तारा गुरु के संग सकल निस्तारा मान करे सा चारों चुका मेरिया चिकड़ परिया मैं केड़ी केड़ी मलमल तोसा एक साबन थोड़ा ओ तो मैल घनेरी मैं केड़े केड़े कपड़े धोसा बुले शाह मुर्शद जे मैं ना मिलियो मैं बैठ किनारे रोसा गुरु पूरा पाए वड भागी गुरु पूरा पाए वड भागी गुरु के ना लागे मेटे कोई
ਨਾ ਮੇਟੇ ਕੋਈ ਗੁਰੂ ਨਾਨਕ ਨਾਨਕ ਹਰ ਸੋਈ ਗੁਰੂ ਨਾਨਕ ਨਾਨਕ